ਜੰਡਿਆਲਾ ਤੋਂ ਗ੍ਰਹਿਣ ਸੜਕ ਦਾ ਕੰਮ ਕਾਫੀ ਲੰਬੇ ਸਮੇਂ ਤੋਂ ਬੰਦ ਸੀ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕੰਮ ਨੂੰ ਦੁਬਾਰਾ ਸ਼ੁਰੂ ਕਰਾਉਣ ਵਾਸਤੇ ਗ੍ਰਾਮ ਪੰਚਾਇਤ ਰੋੜਕਾ ਕਲਾਂ ਨੇ ਆਪਣਾ ਇੱਕ ਵਫਦ ਭੇਜਿਆ। ਇਸ ਵਫਦ ਵਿੱਚ YFC ਰੋੜਕਾ ਕਲਾਂ ਦੇ ਪ੍ਰਧਾਨ ਗੁਰਮੰਗਲ ਦਾ ਸੋਨੀ, ਪਦਮ ਸ਼੍ਰੀ ਕਰਤਾਰ ਸਿੰਘ ਜੀ, ਪ੍ਰਿਤਪਾਲ ਸਿੰਘ ਟਰਾਂਸਪੋਰਟ ਵਿੰਗ ਜ਼ਿਲ੍ਹਾ ਸੈਕਟਰੀ ਸ਼ਾਮਸਨ, ਜਿਸ ਨੇ ਪੰਜਾਬ ਸਰਕਾਰ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਜੀ ETO ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਇਲਾਕੇ ਦੀਆਂ ਮੁੱਖ ਸਮੱਸਿਆਵਾਂ ਗੁਰਿਆਂ ਤੋਂ ਜੰਡਿਆਲਾ ਸੜਕ ਦੇ ਨਿਰਮਾਣ ਲਈ ਪੂਰਜ਼ੋਰ ਢੰਗ ਨਾਲ ਮੰਗ ਕੀਤੀ ਗਈ ਅਤੇ ਇਲਾਕੇ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਅੱਜ ਗੁਰਿਆਂ ਤੋਂ ਜੰਡਿਆਲਾ ਸੜਕ ਬਣਾਉਣ ਦਾ ਕੰਮ ਦੀ ਸ਼ੁਰੂਆਤ ਆਪ ਆਗੂ ਪ੍ਰਿਤਪਾਲ ਸਿੰਘ ਅਤੇ ਕੁਲਵੀਰ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਆਪ ਆਗੂ ਕੁਲਵੀਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨਾਲ ਆਮ ਪਾਰਟੀ ਦੇ ਸੀਨੀਅਰ ਆਗੂ ਹਾਜ਼ਰ ਸਨ। ਅੱਜ ਸਾਡੇ ਇਲਾਕਾ ਖਾਸ ਹਲਕਾ ਫਲੋਰ ਵਾਲੇ ਲੋਕਾਂ ਵਾਸਤੇ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ। ਪੰਜਾਬ ਤੋਂ ਗੁਰਿਆਂ ਰੋਡ ਜਿਹੜਾ ਹੈਗਾ ਆ ਬਹੁਤ ਹੀ ਖਸਤਾ ਹਾਲਤ ਸੀ ਇਸ ਰੋਡ ਦੀ। ਇਹ ਰੋਡ ਦੀ ਸ਼ੁਰੂਆਤ ਹੋ ਰਹੀ ਹੈ, ਇਹ ਰੋਡ ਨੂੰ ਬਣਨ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਮੈਂ ਬਹੁਤ ਧੰਨਵਾਦ ਕਰਦਾ ਸ਼੍ਰੀ ਅਰਵਿੰਦ ਕੇਜਰੀਵਾਲ ਕੌਮੀ ਕਨਵੀਨਰ ਅਤੇ ਸਾਡੇ CMO ਪੰਜਾਬ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੀ ਸੁਣਵਾਈ ਕਰਦੇ ਹੋਏ ਇਸ ਰੋਡ ਨੂੰ ਬਣਾਉਣ ਦਾ ਜਿਹੜਾ ਸੰਕਲਪ ਸੀ ਉਹ ਪੂਰਾ ਕਰਨ ਜਾ ਰਹੇ। ਤੁਹਾਡੇ ਲੇਟ ਹੋਣ ਦਾ ਕਾਰਨ ਕੀ ਹੈ? ਜਦੋਂ ਪੰਜਾਬ ਦੇ ਮੁੱਖ ਮੰਤਰੀ ਵੋਟਾਂ ਵੀ ਲਿਆਏ ਸੀਗੇ ਉਹਨਾਂ ਨੇ ਕਿਹਾ ਕਿ ਵੀ ਜਲਦੀ ਮਾਰਚ ਤੱਕ ਬਣ ਜੂਗੀ, ਪਰ ਹੁਣ ਕਾਫੀ ਸਮਾਂ ਹੋ ਗਿਆ। ਇਹ ਸਰਕਾਰ ਦੀਆਂ ਹਦਾਇਤਾਂ ਹੁੰਦੀਆਂ ਨੇ ਜੀ, 22 ਫਰਵਰੀ ਤੱਕ ਪਲਾਂਟ ਜਿਹੜੇ ਹੈਗੇ ਉਹ ਬੰਦ ਰਹਿੰਦੇ ਨੇ ਕਿਉਂਕਿ ਮੌਸਮ ਠੰਡ ਦਾ ਆ ਜਾਂਦਾ ਹੈ ਅਤੇ ਅੱਗੋਂ ਹੁਣ ਮੌਸਮ ਖੁੱਲ੍ਹਣਾ ਸ਼ੁਰੂ ਹੋ ਗਿਆ, ਧੁੱਪਾਂ ਹੁਣ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਅਤੇ 22 ਤੋਂ ਪਲਾਂਟ ਸ਼ੁਰੂ ਹੋ ਰਹੇ ਨੇ ਅਤੇ ਹੁਣ ਮਤਲਬ ਇਹ ਕੰਮ ਜਿਹੜਾ ਹੈਗਾ ਆ ਇਹ ਸਾਡਾ ਪਹਿਲ ਦੇ ਆਧਾਰ 'ਤੇ ਜੀ ਇਹ ਹੋ ਰਿਹਾ ਹੈਗਾ ਆ ਅਤੇ ਸਾਡੇ ਦੋ ਸਾਲ ਤੋਂ 2 ਦਿਨ ਪਹਿਲਾਂ ਸਾਡੇ ਪਿੰਡ ਤੋਂ ਗੁਰਮੰਗਲ ਦਾਸ ਜੀ ਸੋਨੀ ਅਤੇ ਟਰਾਂਸਪੋਰਟ ਜ਼ਿਲ੍ਹਾ ਦੇ ਸਕੱਤਰ ਪ੍ਰਿਤਪਾਲ ਸਿੰਘ ਅਤੇ ਸਾਡੇ ਪ੍ਰਧਾਨ ਕਰਤਾਰ ਸਿੰਘ ਜਿਹੜੇ ਭਰਵਾਨ ਜੀ ਨੇ ਉਹ ਸਾਡਾ ਵਫਦ ਮਿਲਿਆ ਸੀ ਇਹ ਕੁਛ ਦਿਨ ਪਹਿਲਾਂ ਅਤੇ ਸਾਡੇ ETO ਹੈਗੇ ਨੇ ਜੀ, ਉਹਨਾਂ ਕੈਬਨਿਟ ਮੰਤਰੀ ਜਿਹੜੇ ਹੈਗੇ ਨੇ ਉਹਨਾਂ ਨੂੰ ਮਿਲਿਆ ਸੀ ਅਤੇ ਉਹਨਾਂ ਨੇ ਸਾਨੂੰ ਇਹ ਪਹਿਲ ਦੇ ਆਧਾਰ 'ਤੇ ਜਿਹੜੀ ਹੈਗੀ ਆ ਇਸ ਇਲਾਕੇ ਦੀ ਜਿਹੜੀ ਮੁੱਖ ਮੰਗ ਸੀ ਰੋਡ ਬਣਾਉਣ ਦੀ ਉਹ ਬਣਾਉਣ ਦਾ ਵੀ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਅਤੇ ਉਹ ਭਰੋਸੇ ਆਪਣੇ ਖਰੇ ਉਤਰੇ ਅਤੇ ਕੰਮ ਸ਼ੁਰੂ ਕਰਵਾਇਆ ਹੈ ਉਹਨਾਂ ਨੇ।